ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਵਲੌਗ ਥੋੜ੍ਹਾ ਲੇਟ ਆ ਰਿਹਾ ਬਿਕੋਜ਼ ਟਾਈਮ ਨਹੀਂ ਲੱਗਿਆ ਸੀਗਾ ਬਣਾਉਣ ਦਾ, ਸੋ ਸੋਚਿਆ ਅੱਜ ਮੇਰੇ ਕੋਲ ਥੋੜ੍ਹੇ ਥੋੜ੍ਹੇ ਕਲਿੱਪਸ ਪਏ ਸੀ ਜਿਹੜੇ ਮੈਂ ਬਣਾਏ ਸੀ। ਅਸੀਂ ਗਏ ਸੀ ਵੀਕਐਂਡ 'ਤੇ, ਥੋੜ੍ਹੀ ਬਹੁਤੀ ਸ਼ੋਪਿੰਗ ਕਰਨੀ ਸੀ ਪਲਾਂਟਸ ਦੀ। ਇੱਥੇ ਤੁਸੀਂ ਦੇਖ ਸਕਦੇ ਹੋ, ਕਨਵਰ ਕਹਿੰਦਾ ਕਿ ਮੈਂ ਬਰਨਰ ਦਾ ਪ੍ਰੈਮ ਖੁਦ ਚਲਾਊਂਗਾ, ਜਿਹੜਾ ਕਿ ਉਹ ਬਹੁਤ ਵਧੀਆ ਚਲਾ ਰਿਹਾ ਸੀਗਾ। ਐਂਡ ਸਾਨੂੰ ਬਹੁਤ ਪ੍ਰਾਊਡ ਫੀਲ ਹੋਇਆ ਕਿ ਉਹ ਵਧੀਆ, ਲਾਈਕ ਅਸੀਂ ਉਹਦੇ ਪਿੱਛੇ ਸੀਗੇ ਕਿ ਉਹ ਬਹੁਤ ਸਮੂਥਲੀ ਉਹਨੂੰ ਲੈ ਕੇ ਜਾ ਰਿਹਾ ਸੀ। ਫਿਰ ਅਸੀਂ ਉੱਥੋਂ ਕੁਛ ਪਲਾਂਟਸ ਬਾਏ ਕੀਤੇ ਅਤੇ ਅਸੀਂ ਬਰਨਤ ਲਈ, ਕਨਵਰ ਲਈ ਸੋਰੀ, ਲੈ ਕੇ ਆਏ ਸੈਂਡ ਪਿੱਟ। ਇੱਥੇ ਇਹ ਮਿਲ ਜਾਂਦਾ ਬੱਚਿਆਂ ਲਈ, ਜਿਹੜਾ ਉਹ ਬਲੂ ਕਲਰ ਦਾ ਤੁਸੀਂ ਦੇਖ ਰਹੇ ਹੋ ਪਿੱਟ, ਐਂਡ ਇਹਦੇ ਵਿੱਚ ਅਸੀਂ ਸੈਂਡ ਬਾਏ ਕਰਕੇ ਲਿਆਂਦੀ। ਆਹ $15 ਦਾ ਬੈਗ ਮਿਲਦਾ। ਫਿਰ ਅਸੀਂ ਇਹਦੇ ਵਿੱਚ, ਕਨਵਰ ਬਹੁਤ ਹੈਪੀ ਸੀ ਉਹਦੇ ਵਿੱਚ ਉਹਨੂੰ ਸੈਂਡ ਪਾਈ, ਕਿਉਂਕਿ ਉਹਦੇ ਕੋਲ ਇਹ ਡਿੱਗਰ ਅਤੇ ਇੱਕ ਟਰੱਕ ਹੈ ਜਿਹਦੇ ਨਾਲ ਉਹ ਪਲੇ ਕਰਦਾ। ਬਹੁਤ ਖੁਸ਼ ਸੀਗਾ, ਬਹੁਤ ਵਧੀਆ ਪਲੇ ਕਰ ਰਿਹਾ ਸੀਗਾ। ਉਸ ਤੋਂ ਬਾਅਦ ਸਾਡਾ ਲੋਨ ਮੋਅ ਕਰਨ ਵਾਲਾ ਸੀ, ਬਟ ਇੱਥੇ ਇਸ ਅਗੇਨ ਟਰਬਲ ਕ੍ਰੀਏਟ ਕਰ ਰਿਹਾ। ਫਿਰ ਸਾਡੇ ਘਰ ਅੱਜ ਮੇਰੇ ਫਰੈਂਡਸ ਨੇ ਆਉਣਾ ਸੀਗਾ ਜੋਬ ਤੋਂ ਬਰਨਤ ਨੂੰ ਦੇਖਣ ਦੇ ਲਈ। ਫਿਰ ਮੈਂ ਉਹਨਾਂ ਲਈ ਬਣਾਏ ਬ੍ਰੈਡ ਪਕੌੜੇ। ਇੱਧਰ ਮੈਂ ਆਏ ਆਲੂਆਂ ਦੀਆਂ ਛੋਟੀਆਂ ਛੋਟੀਆਂ ਬੋਲਸ ਬਣਾਈਆਂ ਹੋਈਆਂ, ਉਹਨਾਂ ਨੂੰ ਫਰਾਈ ਕੀਤਾ ਐਂਡ ਬਣਾਏ ਜੀ ਆਪਾਂ ਬ੍ਰੈਡ ਪਕੌੜੇ। ਇੱਥੇ ਮੈਂ ਫਰਾਈ ਕਰ ਰਹੀ ਹਾਂ ਬ੍ਰੈਡ ਪਕੌੜਿਆਂ ਨੂੰ, ਬਹੁਤ ਟੇਸਟੀ ਬਣੇ ਸੀ, ਬਹੁਤ ਵਧੀਆ ਮਜ਼ੇ ਨਾਲ ਖਾਧੇ। ਐਂਡ ਆ ਲਾਸਟ ਕਲਿੱਪ ਮੈਂ ਇੱਥੇ ਪਾ ਰਹੀ ਹਾਂ ਬਰਨਤ ਫਸਟ ਟਾਈਮ ਆਪਦਾ, ਇਹ ਛੋਟਾ ਜਿਹਾ ਟੋਏ ਹੈ ਜਿਹਦੇ ਨਾਲ ਪਹਿਲਾਂ ਕਨਵਰ ਪਲੇ ਕਰਦਾ ਹੁੰਦਾ ਸੀ ਜਦੋਂ ਛੋਟਾ ਸੀਗਾ। ਹੁਣ ਇਹ ਬਰਨਤ ਨੂੰ ਅਸੀਂ ਟਰਾਈ ਕੀਤਾ ਕਿ ਦੇਖਦੇ ਹਾਂ, ਇਹ ਥੋੜ੍ਹੀ ਜਿਹੀ ਨੋਇਸ ਕਰਦਾ ਜਦੋਂ ਬੱਚਾ ਮਤਲਬ ਐਵੇਂ ਫੜਦਾ। ਇਹਦੇ ਵਿੱਚ ਛੋਟੇ ਛੋਟੀਆਂ ਬੋਲਸ ਨੇ ਨਿੱਕੀਆਂ ਨਿੱਕੀਆਂ, ਜਿਹੜੀਆਂ ਕਿ ਨੋਇਸ ਕ੍ਰੀਏਟ ਕਰਦੀਆਂ ਨੇ। ਫਿਰ ਅਸੀਂ ਇਹਨੂੰ ਇਹ ਟੋਏ ਦਿੱਤਾ, ਇਹ ਬਹੁਤ ਜ਼ਿਆਦਾ ਹੈਪੀ ਸੀਗਾ ਉਦੋਂ। ਇਹਨੂੰ ਐਵੇਂ ਲੱਗ ਰਿਹਾ ਸੀ ਕਿ ਕੁਛ ਡਿਫਰੈਂਟ ਹੈ, ਬੱਚੇ ਨੂੰ ਐਵੇਂ ਫੀਲ ਹੁੰਦਾ ਹੈ ਨਾ ਕਿ ਕੁਛ ਡਿਫਰੈਂਟ ਮਿਲਿਆ ਮੈਨੂੰ ਦੇਖਣ ਦੇ ਲਈ। ਤਾਂ ਇਹਦਾ ਇੱਕ ਕਲਰ ਵਧੀਆ ਗ੍ਰੀਨ ਸੀਗਾ। ਇਹਨੇ ਕਾਫੀ ਕੁਛ ਲਾਈਕ ਸੈਕਿੰਡਸ ਦੇ ਲਈ ਵਧੀਆ ਪਲੇ ਕੀਤਾ ਐਂਡ ਇੱਥੇ ਇਹ ਪਲੇ ਕਰ ਰਿਹਾ। ਹਾਂਜੀ, ਮਿਲਦੇ ਹਾਂ ਨੈਕਸਟ ਟਾਈਮ।